ਦੋਸਤੋ ਮੌਸਮ ਦੇ ਤਾਲਕ ਦਿਨ ਲਲੇ ਅੱਜ ਸਾਰੇ ਕੋਲ ਬੜਾ ਹੀ ਖੂਬਸੂਰਤ ਮੌਸਮ ਆਈ ਹਰ ਪਾਸੂ ਬੱਦਲ ਹੀ ਬਦਲਨ ਇੱਕ ਬਾਰਿਸ਼ ਵਾਲਾ ਮੌਸਮ ਬਣਾ ਖੜਾ ਆਈ ਦੁਆ ਕਰੋ ਅੱਲਾਹ ਤਾਲਾ ਬਾਰਿਸ਼ عطا ਫਰਮਾਵੇ ਮੈਂ ਛੱਤ ਤੇ ਚੜ ਕੇ ਤੁਹਾਨੂੰ ਸਾਰਾ ਵੀਊ ਚੈੱਕ ਕਰਾਇਆ ਹੈ ਤੱਲੇ ਆ ਕੇ ਮੈਂ ਬਕਾਇਦਾ ਵੀ ਲਾਗ ਦਾ ਸ਼ੁਰੂ ਕੀਤਾ ਹੈ ਉਮੀਦ ਕਰੀਦਾ ਮੇਰਾ ਵੀਲਾਗ ਤੁਹਾਨੂੰ ਅੱਛਾ ਲੱਗੇ ਅੱਛਾ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਕਲੀਮੁਲਾ ਵੀ ਆਪਣੀ ਪਲੇਟਾਂ ਦੀ ਛਾਂਟੀ ਪਾਂਟੀ ਕਰੀਂਦਾ ਪਿਆ ਆਈ ਕਿਉਂਕਿ ਮੌਸਮ ਦੀ ਸ਼ਿੱਦਤ ਦੀ ਵਜ੍ਹਾ ਤੋਂ ਇਹਨਾਂ ਉਤੇ ਕਾਫੀ ਗਿਰਦੋ ਗੋਬਰ ਜੰਮ ਚੁੱਕ ਇਤਵਾਰ ਨੂੰ ਛੋਟੇ-ਮੋਟੇ ਕੰਮ ਤਾਂ ਜ਼ਰੂਰੀ ਹੁੰਦੇ ਨੇ ਚੱਕੀ ਤੋਂ ਤੇ ਕਣਕ ਆ ਗਈ ਆਈ ਉਹ ਕਣਕ ਸਵੈਗਨ ਤੁਲਾਵਣੀ ਆਏ ਔਰ ਉਸ ਤੋਂ ਬਾਅਦ ਸਮਝ ਨਾ ਆਈ 12 ਤੇ ਇਤਵਾਰ ਹੁੰਦੀ ਐ ਨਾ ਬੱਚਾਂ ਵਾਸਤੇ ਜਿਹੜੇ ਸਾਰੀ ਦਿਹਾੜ ਖੇਡ ਕੋਡਿਚ ਗੁਜ਼ਾਰ ਲੀਂਦੇ ਨੇ ये पितंग बाज़ी करीदे रहन और पितंगबाजी के दौरान पितांग दिव्या डोर आपस अड़ गई हैं ये छुड़ेंदे भी बैठे हैं आपसि लड़ते भी बैठे हैं मैं इंतज़ार बाइक आ बैक आं और असर टूवैल्व से वो इतनी देर तक असर बाइक के है और अस चढ़ गए हैं बाइक तो उ टूवल्थ की जानब चल पै हैं खिजा अपने अरूज तो आई और कें सच आखाई ना खिजा दिखा ना बहार स जै डें तरस आई को ਦੁਆ ਹੈ ਕਿ ਅੱਲਾਹ ਤਾਲਾ ਹਰ ਦੀ ਜ਼ਿੰਦਗੀ ਦੇ ਅੰਦਰ ਬਹਾਰ ਜਾਂ ਮੌਸਮ ਪੈਦਾ ਕਰ ਦੇਵੇ ਔਰ ਉਸ ਤੋਂ ਬਾਅਦ ਅਸਾਂ ਬਾਹਰ ਵੱਣ ਕੇ ਤੁਹਾਨੂੰ 12 ਦੇ ਮਨਾਜ਼ਰ ਚੈੱਕ ਕਰਵਾਂਦੇ ਹਾਂ ਕਣਾਕ ਦਾ ਵਿਜ਼ਿਟ ਤਾਂ ਸਕੀਤਾ ਹੈ ਲੇਕਿਨ ਸਾਈ 605 ਦੀ ਚਾਹੇ ਕਿ ਜ਼ੋਤੇ ਕੁਝ ਯਾ ਲੈ ਸਪਰੇਅ ਕਰਨਾ ਚਾਹੀਦਾ ਜਾਂ ਨਹੀਂ ਕਿਉਂਕਿ ਕਣਕ ਕਾਫੀ ਵੱਡੀ ਥੀ ਚੁਕੀ ਆਈ ਮੌਸਮ ਗੁਜ਼ਰ ਚੁਕਾ ਆਈ ਔਰ ਉਸਨ ਕਾਫੀ ਸਾਰੇ ਲੋਗਾਂ ਮੰਨ ਹਕੀਤਾਈ ਕਿ ਤੁਸਾਂ ਉਹਨੂੰ ਕੁਝ ਯਾ ਲੈ ਸਪਰੇਅ ਨਾ ਕਰੋ ਤਾਂ ਕਿ ਕਣਕ ਨੂੰ ਸਟ੍ਰੈਸ ਨਾ ਆਵੇ ਮਾਸ਼ਾਅੱਲਾ ਬੜੀ ਹੀ ਜ਼ਬਰਦਸਤ ਪਈ ਆਈ ਅਸੀਂ ਉਸਨੋਂ ਪਾਣੀ ਲਾਉਣ ਆਏ ਅਸਾਂ ਕਣਕ ਚੈੱਕ ਕਰਨ ਤੋਂ ਬਾਅਦ ਨਿਕਲੇ ਤਾਂ ਸਫੈਦਾਂ ਦੇ ਅੰਦਰ ਤਲ ਇੱਕ ਤਸਵੀਰ ੱਠੀ ਪਈ ਆਈ ਪਤਾ ਨਹੀਂ ਕੋਈ ਪੜਦਾ ਰਿਹਾ ਹੋਸੀ ਔਰ ਉਸਨ ਭੁੱਲ ਗਈ ਹੋਸੀ ਤਾਂ ਅਸੀਂ ਇਸ ਜਗ੍ਹਾ ਦੇ ਉੱਤੇ ਉਹਨੂੰ ਖਲਾ ਰਹੇ ਚਨਾ ਦੀ ਫਸਲ ਬਾਰਿਸ਼ ਇਸ ਵਕਤ ਮੰਗਦੀ ਪਈਏ ਦੁਆ ਹੈ ਅੱਲਾਹ ਅਸਾਂ ਆਪਣੇ ਰਕਬੇ ਤੋਂ ਕ੍ਰਾਸ ਕਰਕੇ ਇੱਕ ਬਹੁਤ ਬੜਾ ਬੰਨਾਈ ਇਸ ਨੂੰ ਅਸਾਂ ਕ੍ਰਾਸ ਕਰਕੇ ਦੂਜੀ ਸਾਈਡ ਤੇ ਨਵਾਂ ਰਕਬਾ ਬਣਦਾ ਵਧਾਈ ਉਸ ਦਾ ਵਿਜ਼ਿਟ ਕਰਨ ਵਾਸਤੇ ਸੰਗੇ ਹੈ ਤਾਂ ਮਾਸ਼ਾਅੱਲਾ ਬੜਾ ਹੀ ਜ਼ਬਰਦਸਤ ਕਿਸਮ ਦਾ ਉਹਨਾਂ ਰਕਬਾ ਤਿਆਰ ਕਰ ਰੱਖਾਈ ਦੋ ਟਰੈਕਟਰ ਲੱਗੇ ਵਧਿਆ ਨੇ ਇੱਕ ਦੇ ਪਿੱਛੇ ਬਲੇਡ ਆਈ ਔਰ ਦੂਜੇ ਦੇ ਪਿੱਛੇ ਲੇਜ਼ਰ ਆਈ ਔਰ ਫੌਰੀ ਇਸ ਨਾਲ ਨਾਲ ਲੈਵਲ ਵੀ ਹੋ ਕੀਤੀਆਂ ਨੇ ਖੈਰ ਅਸਾਂ ਉਸ ਬੰਨ ਤੋਂ ਤੱਲੇ ਲੱਥੇ ਹੈ ਤਾਂ ਕਿ ਉਹਨਾਂ ਲੋਕਾਂ ਨਾਲ ਮੁਲਾਕਾਤ ਵੀ ਕਰੂੰ ਉਹਨਾਂ ਕੋਲ ਹਾਲ ਹਵਾਲੇ ਵੀ ਪੁੱਛੂੰ ਕਿਉਂਕਿ ਇਹ ਰਕਬਾ ਕਿ ਬਾਹਰ ਦੇ ਲੋਕਾਂ ਕੇ ਦਾ ਹੈ ਉਹ ਚਾਹ ਪੀਂਦੇ ਬੈਠੇ ਹਨ ਉਹਨਾਂ ਸੰ ਵੈਲ ਚਾਹੇ ਵੀ ਦੀ ਦਾਵਤ ਦਿੱਤੀਏ ਤਾਂ ਅਸਾਂ ਉਹਨਾਂ ਦੇ ਨਾਲ ਬਹਿ ਗਏ ਆਂ ਗੱਲ ਗੱਪ ਲਾਈਏ ਚਾਹੇ ਪੀਤੀਏ ਔਰ ਉਹਨਾਂ ਦਾ ਸਾਰਾ ਉਥੋਂ ਦਾ ਰਕਬੇ ਦਾ ਵਿਜ਼ਿਟ ਕਰਕੇ ਅਸਾਂ ਵਲਾ ਵਾਪਸ ਚੱਲਣ ਵਾਲੀ ਕੀਤੀਏ ਉਹਨਾਂ ਇਸ ਜਗ੍ਹਾ ਦੇ ਖੈਮਾ ਨਾਲ ਲਾਇਆ ਹੋਇਆ ਆਈ ਇਸ ਜਗ੍ਹਾ ਦੇ ਉੱਤੇ ਉਹ ਨਾਲ ਰਹਿੰਦੇ ਹਨ ਡੀਜ਼ਲ ਰੋਟੀ ਪਾਣੀ ਦੇ ਥਾਈਂ ਬੰਦੋਬਸਤ ਕਰੀਂਦੇ ਹਨ ਅੱਜ ਦੇ ਵਿਲਾਗ ਦੇ ਥਾਈਂ ਕਰੀਂਦੇ ਇਖਤਤਾਮ